ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਵੀ ਸਾਡੀ ਜ਼ੁਬਾਨ ਮੇਰਾ ਮਤਲਬ ਜ਼ੁਬਾਨ ਦੇ ਬੋਲ ਤੇ ਸਰੀਰ ਦੇ ਨਾਲ ਹੋਣ ਵਾਲੇ ਕਰਮ ਇਹ ਤਕਰੀਬਨ ਤਕਰੀਬਨ ਬਰਾਬਰ ਨਹੀਂ ਹੁੰਦੇ ਜ਼ੁਬਾਨ ਕੁਝ ਹੋਰ ਬੋਲਦੀ ਐ ਅੱਖ ਕੁਝ ਹੋਰ ਦੱਸਦੀ ਐ ਇੱਕ ਹੋਰ ਤੁਹਾਡੇ ਗਿਆਨ ਵਾਸਤੇ ਮੈਂ ਗੱਲ ਕਹਿ ਦਿਆਂ ਜੁਬਾਨ ਝੂਠ ਬੋਲ ਸਕਦੀ ਅੱਖ ਕਦੇ ਝੂਠ ਨਹੀਂ ਬੋਲਦੀ ਜਿਨ੍ਹਾਂ ਨੂੰ ਬਾਡੀ ਲੈਂਗੁਏਜ ਪੜ੍ਹਨੀ ਹੁੰਦੀ ਹੈ ਨਾ ਉਹ ਅੱਖ ਦੀ ਪਾਛਾ ਪੜ੍ਹ ਲੈਂਦੇ ਨੇ ਅੱਖ ਕਦੇ ਝੂਠ ਨਹੀਂ ਬੋਲਦੀ ਖੈਰ ਜੁਬਾਨ ਤੇ ਕਰਮ ਅਗਰ ਦੋਵੇਂ ਇੱਕੋ ਜਿਹੇ ਹੋਣ ਬਰਾਬਰ ਹੋਣ ਤੇ ਜੀਵਨ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਬਦਲ ਜਾਂਦਾ ਹੈ ਰਾਜਨੀਤਿਕ ਲੋਕਾਂ ਦੀ ਜੁਬਾਨ ਹੋਰ ਹੁੰਦੀ ਹੈ ਕਰਮ ਹੋਰ ਹੁੰਦੇ ਨੇ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਬੋਲਦੇ ਕੁਝ ਹੋਰ ਨੇ ਕਰਨਾ ਕੁਝ ਹੋਰ ਚਾਹੁੰਦੇ ਨੇ ਦਰਵਾਸ ਦੇਣਗੇ ਬੜੇ ਚੰਗੇ ਚੰਗੇ ਤਗੜੇ ਤਗੜੇ ਪਰ ਕਰਨਾ ਕੁਝ ਵੀ ਨਹੀਂ ਅੰਦਰੋਂ ਜਾਣਦੇ ਨੇ ਇਹਨਾਂ ਨੂੰ ਲੋਕ ਕਹਿੰਦੇ ਨੇ ਬੇਈਮਾਨ ਇਹਨਾਂ ਨੂੰ ਲੋਕ ਕਹਿੰਦੇ ਨੇ ਰਾਜਨੀਤਿਕ ਜਿਵੇਂ ਜਿਵੇਂ ਬੰਦਾ ਰੱਬੀ ਹੁਕਮ ਨੂੰ ਸਮਝਦਾ ਹੈ ਰੱਬੀ ਰਾਹ ਦੇ ਉੱਤੇ ਪੰਡੇ ਦੇ ਉੱਤੇ ਨਿਕਲਦਾ ਹੈ ਤੇ ਇਹਦੇ ਜ਼ੁਬਾਨ ਤੇ ਇਹਦੇ ਕਰਮ ਤਕਰੀਬਨ ਤਕਰੀਬਨ ਮੇਲ ਖਾਣਾ ਸ਼ੁਰੂ ਕਰ ਜਾਂਦੇ ਨੇ ਜੇ ਕੋਈ ਬੰਦਾ ਤੁਹਾਡੇ ਮਨ ਦੇ ਅੰਦਰ ਹੈ ਵੀ ਇਹ ਧਰਮਈ ਹੈ ਪਰ ਜ਼ੁਬਾਨ ਤੇ ਕਰਮਾਂ ਦੇ ਅੰਦਰ ਬਹੁਤ ਵੱਡਾ ਅੰਤਰ ਹੈ ਤੇ ਸਮਝ ਲਓ ਬਖਾਵੇ ਦਾ ਧਰਮਈ ਹੋਏਗਾ ਜੇ ਤੁਸੀਂ ਆਪਣੇ ਬਾਰੇ ਵੀ ਪਰਮ ਪਾਲਿਆ ਹੋਵੇ ਕਿ ਮੈਂ ਬੜਾ ਧਰਮਈ ਆ ਮੈਂ ਨਾ ਪਾਠ ਕਰਦਾ ਕੁਝ ਕਰਦਾ ਪਰ ਤੁਹਾਡੀ ਜ਼ੁਬਾਨ ਤੇ ਤੁਹਾਡੇ ਕਰਮ ਵੱਖਰੇ ਵੱਖਰੇ ਰਾਵਾਂ ਨੂੰ ਲੈ ਕੇ ਜਾ ਰਹੇ ਨੇ ਤੇ ਫਿਰ ਤੁਹਾਡਾ ਪਰਮ ਮਿਟ ਜਾਣਾ ਚਾਹੀਦਾ ਹੈ ਅਜੇ ਧਰਮ ਤੁਹਾਡੇ ਤੋਂ ਬਹੁਤ ਦੂਰ ਹੈ ਅਜੇ ਤੁਸੀਂ ਧਰਮ ਤੋਂ ਬਹੁਤ ਦੂਰ ਹੋ ਕਿਉਂਕਿ ਜਿਵੇਂ ਜਿਵੇਂ ਬੰਦਾ ਹਿਮਾਲਿਆ ਪਹਾੜਤ ਵੱਲ ਨੂੰ ਰੋਖ ਕਰਕੇ ਤੁਰੇਗਾ ਇੱਕ ਕੁਦਰਤੀ ਗੱਲ ਏ ਵੀ ਉਧਰੋਂ ਠੰਡੀਆਂ ਆਉਣ ਵਾਲੀਆਂ ਹਵਾਵਾਂ ਤੁਹਾਨੂੰ ਸਪਰਸ਼ ਕਰਨਗੀਆਂ ਜਿਵੇਂ ਜਿਵੇਂ ਬੰਦਾ ਚੰਦਨ ਦੇ ਬਾਗ ਵੱਲ ਨੂੰ ਜਾਏਗਾ ਉਧਰੋਂ ਆਉਣ ਵਾਲੀ ਮਹਿਕ ਤੁਹਾਨੂੰ ਮੋਤਾਸਰ ਕਰੇਗੀ ਤੇ ਜੇ ਤੁਸੀਂ ਰੱਬ ਦੇ ਰਾਹ ਨੂੰ ਚੱਲ ਰਹੇ ਹੋ ਤੇ ਇਟ ਮੀਨਜ਼ ਵੀ ਤੁਹਾਡੀ ਜ਼ੁਬਾਨ ਤੇ ਤੁਹਾਡੇ ਕਰਮ ਇਹ ਦੋਵਾਂ ਦਾ ਤਾਲਮੇਲ ਬੰਨਾ ਸ਼ੁਰੂ ਹੋ ਜਾਏਗਾ ਐਸਾ ਨਹੀਂ ਕਿ ਕਰਮ ਹੋਰ ਤਰ੍ਹਾਂ ਦਾ ਜ਼ੁਬਾਨ ਹੋਰ ਤਰ੍ਹਾਂ ਦੀ ਅਗਰ ਇਹ ਕੁਝ ਹੈ ਤਾਂ ਫਿਰ ਸਮਝ ਲਓ ਵੀ ਧਰਮੀ ਹੋਣਾ ਭਲੇਖਾ ਹੋ ਸਕਦਾ ਹੈ ਧਰਮੀ ਨਹੀਂ ਆ ਅੱਜ ਵੀ ਕਈ ਸਿਆਣੇ ਕਹਿ ਦਿੰਦੇ ਨੇ ਜਿਹੜੇ ਬਾਡੀ ਲੈਂਗੁਏਜ ਨੂੰ ਪੜ੍ਹਨਾ ਚਾਹੁੰਦੇ ਨੇ ਨਾ ਕਈ ਸਿਆਣੇ ਸੱਜਣ ਬਜ਼ੁਰਗ ਵਾਰ ਕਹਿ ਦਿੰਦੇ ਨੇ ਇਹਦੀ ਅੱਖ ਕੁਝ ਹੋਰ ਕਹਿ ਰਹੀ ਹੈ ਤੇ ਇਹਦੀ ਜ਼ੁਬਾਨ ਕੁਝ ਹੋਰ ਕਹਿ ਰਹੀ ਹੈ ਤੇ ਜਾਂ ਇਦਾਂ ਕਹਿਣਗੇ ਵੀ ਇਹਦੀ ਜ਼ੁਬਾਨ ਥਿੜਕਦੀ ਕਿਉਂ ਇਹ ਗੱਲ ਕਹਿਣ ਲੱਗਿਆ ਜ਼ੁਬਾਨ ਥਿੜਕਦੀ ਇਟ ਮੀਨਸ ਤੇਰੇ ਅੰਦਰ ਦੇ ਨਾਲ ਮੇਲ ਨਹੀਂ ਖਾ ਰਹੀ ਜੋ ਤੂੰ ਕਰਮ ਕਰਨਾ ਚਾਹਣਾ ਹੈ ਉਹਦੇ ਨਾਲ ਮੇਲ ਨਹੀਂ ਖਾਰੇ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਵੀ ਇਹਦੇ ਮਨ ਦੇ ਅੰਦਰ ਕੋਈ ਚੋਰ ਲੱਗਦਾ ਹੈ ਇਹਦੀ ਜ਼ੁਬਾਨ ਕੁਝ ਹੋਰ ਕਹਿ ਰਹੀ ਏ ਪਰ ਇਹਦਾ ਮਨ ਦਾ ਅੰਦਰ ਛिपਿਆ ਹੋਇਆ ਜਿਹੜਾ ਚੋਰ ਏ ਨਾ ਉਹ ਇਹਦੇ ਤੋਂ ਕਰਮ ਕੋਈ ਹੋਰ ਕਰਾਉਣਾ ਚਾਹੁੰਦਾ ਹੈ ਜ਼ੁਬਾਨ ਦੇ ਕੀਤੇ ਹੋਏ ਵਾਅਦੇ ਇਕਰਾਰ ਕਰਮਾਂ ਰਾਈ ਪੂਰੇ ਕੀਤੇ ਜਾ ਸਕਦੇ ਨੇ ਪਰ ਜੇ ਉਹ ਸੋਚ ਕੇ ਇਕਰਾਰ ਕੀਤੇ ਹੋਣ ਸੋਚ ਕੇ ਵਾਅਦੇ ਕੀਤੇ ਹੋਣ ਪਰ ਬੰਦਾ ਜਦੋਂ ਵਾਅਦਾ ਕਰਦਾ ਹੈ ਇਕਰਾਰ ਕਰਦਾ ਹੈ ਪੰਡਾ ਬੰਨ ਬੰਨ ਕੇ ਕਰੀ ਜਾਂਦਾ ਹੈ ਕਿਉਂਕਿ ਪਤਾ ਹੈ ਪੂਰੇ ਤੇ ਕਰਨੀ ਨਹੀਂ ਆ ਪਖੰਡੀ ਲਾਣਾ ਜਦੋਂ ਪਖੰਡੀ ਸਾਹਿਬ ਜਦੋਂ ਅਸੀਸਾਂ ਦੇਣ ਲੱਗਦੇ ਨੇ ਨਾ ਤੇ ਪੰਡਾ ਭਰ ਭਰ ਕੇ ਦਿਲ ਖੋਲ ਕੇ ਅਸੀਸਾਂ ਦੇ ਦਿੰਦੇ ਨੇ ਆਉਣ ਵਾਲੇ ਨੂੰ ਕਿਉਂਕਿ ਸੰਕੋਚ ਕਿਸ ਗੱਲ ਦਾ ਪਤਾ ਹੈ ਵੀ ਪੂਰੀ ਤੇ ਕੋਈ ਹੋਣੀ ਨਹੀਂ ਤੇ ਫਿਰ ਦੇਣ ਲੱਗਿਆ ਸੰਕੋਚ ਕਿਉਂ ਕਹਿੰਦੇ ਨੇ ਵੀ ਜੇ ਗੱਲਾਂ ਦਾ ਹੀ ਕੜਾ ਬਣਾਉਣਾ ਹੈ ਤੇ ਫਿਰ ਮਿੱਠਾ ਘੱਟ ਕਿਉਂ ਅਸੀਸਾਂ ਦੀਆਂ ਭਰ ਭਰ ਕੇ ਪੰਡਾ ਦਈ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਵੀ ਪੂਰੀ ਤੇ ਕੰਨੀ ਹੋਣੀ ਤੇ ਜੇ ਸਾਰੀਆਂ ਸੀਸਾਂ ਪੂਰੀਆਂ ਹੁੰਦੀਆਂ ਹੋਣ ਤੇ ਜਗਤ ਦਾ ਹਾਲ ਇਹ ਹੁੰਦਾ ਹਸ਼ਰੇ ਹੁੰਦਾ ਜਿਹੜਾ ਆਪਾਂ ਵੇਖ ਰਹੇ ਹਾਂ ਖੈਰ ਕਿਸੇ ਤੂੰ ਕੰਮ ਲੈਣ ਵਾਸਤੇ ਜ਼ੁਬਾਨ ਵੈਦੇ ਬੜੇ ਕਰਦੀ ਹੈ ਵਿਸ਼ਵਾਸ ਬੜੇ ਦਵਾਉਂਦੀ ਮਿੱਠਾ ਮਿੱਠਾ ਬੋਲਦੀ ਬੜਾ ਪਰ ਕੰਮ ਨਿਕਲਦੇ ਐ ਇਸੇ ਜ਼ੁਬਾਨ ਦੇ ਬੋਲ ਬਦਲ ਜਾਂਦੇ ਨੇ ਕਿਉਂਕਿ ਸੋਚ ਬਦਲ ਜਾਂਦੀ ਹੈ ਨਾ ਲੱਗਦੇ ਜ਼ੁਬਾਨ ਦੇ ਬੋਲ ਬਦਲ ਜਾਂਦੇ ਨੇ ਇਹੋ ਹੀ ਜ਼ੁਬਾਨ ਹੈ ਜਿੜੀ ਕੱਲ ਮਿਸ਼ਰੀ ਵਰਗੀ ਸੀ ਅਗਲੇ ਦਿਨ ਇਹ ਜ਼ੈਰ ਵਰਗੀ ਬਣ ਜਾਂਦੀ ਜਿਨ੍ਹਾਂ ਦੀ ਜ਼ੁਬਾਨ ਦੇ ਬੋਲ ਬੜੇ ਧਿਆਨ ਨਾਲ ਇਸ ਨੁਕਤੇ ਨੂੰ ਨੋਟ ਕਰ ਲਿਓ ਜਿਨ੍ਹਾਂ ਦੀ ਜ਼ੁਬਾਨ ਦੇ ਬੋਲਾਂ ਚ ਬਹੁਤੀ ਮਠਾਸ ਹੁੰਦੀ ਹੈ ਤੇ ਤੁਹਾਨੂੰ ਲੱਗੇ ਵੀ ਇਹ ਬਨਾਵਟੀ ਜੀ ਮਠਾਸ ਹੈ ਉਹ ਬੰਦਾ ਬਨਾਵਟੀ ਹੋਏਗਾ ਤੇ ਖਤਰਨਾਕ ਹੋਏਗਾ ਕਿਉਂਕਿ ਜਿਹੜਾ ਸੱਚਾ ਸੁੱਚਾ ਬੰਦਾ ਹੁੰਦਾ ਹੈ ਨਾ ਉਹਦੀ ਜ਼ੁਬਾਨ ਦੇ ਕੋਲ ਬਨਾਵਟ ਨਹੀਂ ਹੁੰਦੀ ਉਹਦੇ ਕੋਲ ਬਨਾਵਟੀ ਇਕਰਾਰ ਨਹੀਂ ਹੁੰਦੇ ਬਨਾਵਟੀ ਲਫਾਫੇਬਾਜ਼ੀ ਨਹੀਂ ਹੁੰਦੀ ਉਹ ਬੰਦਾ ਥੋੜਾ ਜਿਹਾ ਕੌੜਾ ਲੱਗਦਾ ਹੈ ਪਰ ਸਹੀ ਹੋਏਗਾ ਜਿਹਦੇ ਕੋਲ ਝੂਠੀ ਜਿਹੀ ਨਿਮਰਤਾ ਹੋਵੇ ਜਾਣ ਕੇ ਉਹ ਆਪਣੇ ਆਪ ਨੂੰ ਸਿੱਧ ਕਰਨਾ ਚਾਵੇ ਵੀ ਮੈਂ ਬੜਾ ਚੰਗਾ ਮੈਂ ਬੜਾ ਖਰਾ ਉਹ ਸਮਝ ਲਓ ਖਤਰਨਾਕ ਹੋਏਗਾ ਕਰਮਾਂ ਦਾ ਖੋਟਾ ਹੋਏਗਾ ਬਹੁਤ ਵਾਰੀ ਬੰਦਾ ਕਿਸੇ ਨਾਲ ਪਿਆਰ ਕਰਦਾ ਨਹੀਂ ਪਰ ਪਿਆਰ ਕਰਨ ਦਾ ਵਿਖਾਵਾ ਕਰਦਾ ਹੈ ਜ਼ੁਬਾਨ ਜ਼ੁਬਾਨ ਦੇ ਨਾਲ ਵਿਖਾਵਾ ਕਰਦਾ ਹੈ ਤੋਂ ਖੈਰ ਇਹਨਾਂ ਲੋਕਾਂ ਤੋਂ ਖਾਸ ਕਰਕੇ ਬਚਨ ਦੀ ਲੋੜ ਹੈ ਕਦੇ ਅੰਦਰ ਤੇ ਨਫ਼ਰਤ ਭਰੀ ਹੁੰਦੀ ਬੰਦੇ ਦੇ ਅੰਦਰ ਤੇ ਭਰੀ ਹੁੰਦੀ ਨਫ਼ਰਤ ਪਰ ਜਦੋਂ ਕਿਸੇ ਨੂੰ ਮਿਲਦਾ ਹੈ ਨਾ ਤੇ ਗੱਲਾਂ ਬੜੀਆਂ ਪਿਆਰ ਵਾਲੀਆਂ ਕਰਦਾ ਹੈ ਤੇ ਕਦੇ ਇਸ ਤਰ੍ਹਾਂ ਗੱਲਾਂ ਪਿਆਰ ਵਾਲੀਆਂ ਸੁਣੋ ਤੇ ਉਹਦੇ ਅੰਦਰ ਨੂੰ ਪੜਨ ਦਾ ਅੰਦਰ ਤੱਕ ਜਾਣ ਦਾ ਯਤਨ ਕਰੋ ਪੜਨ ਦਾ ਯਤਨ ਕਰੋ ਵੀ ਅੰਦਰ ਕੀ ਹੈ ਪਰ ਅੰਦਰ ਨੂੰ ਪੜਨਾ ਸਾਰਿਆਂ ਦੇ ਹਿੱਸੇ ਵਿੱਚ ਆਇਆ ਨਹੀਂ ਉਹ ਸਮਝ ਸਿਆਣਿਆਂ ਦੇ ਹਿੱਸੇ ਵਿੱਚ ਆਉਂਦੀ ਹੈ ਬਾਡੀ ਲੈਂਗੁਏਜ ਨੂੰ ਸਮਝਣਾ ਉਹਨੂੰ ਫੜਨਾ ਤੇ ਉਹਦੇ ਅਨੁਸਾਰ ਮਿਲਣਾ ਵਰਤਣਾ ਵਿਰਲਿਆ ਦੇ ਹਿੱਸੇ ਵਿੱਚ ਆਉਂਦਾ ਹੈ ਪਰ ਇੱਕ ਹੋਰ ਨੁਕਤਾ ਨੋਟ ਕਰ ਲਿਓ ਤੁਹਾਡੀ ਅਸਲੀਅਤ ਉਹ ਹੈ ਜੋ ਤੁਸੀਂ ਅੰਦਰੋਂ ਹੋ ਜੋ ਜ਼ੁਬਾਨੋਂ ਕਹਿ ਰਹੇ ਹੋ ਉਹ ਅਸਲੀਅਤ ਨਹੀਂ ਜ਼ੁਬਾਨ ਤੇ ਮਿੰਟ ਦੇ ਅੰਦਰ ਕੁਝ ਹੋਰ ਬੋਲ ਦਿੰਦੀ ਹੈ ਕੁਝ ਹੋਰ ਬੋਲ ਦਿੰਦੀ ਖੈਰ ਬੋਲ ਉਦੋਂ ਹੀ ਬਦਲਨੇ ਪੈਂਦੇ ਨੇ ਜਦੋਂ ਤੁਹਾਡੇ ਅੰਦਰ ਦੇ ਨਾਲ ਜਾਂ ਤੁਹਾਡੇ ਕਰਮਾਂ ਦੇ ਨਾਲ ਤੁਹਾਡੇ ਬੋਲ ਮੇਲ ਨਹੀਂ ਖਾਦੇ ਤੇ ਜਿਨ੍ਹਾਂ ਦੇ ਬੋਲ ਮੇਲ ਖਾਂਦੇ ਨੇ ਉਹ ਤਾਂ ਬਾਬਰ ਦੇ ਸਾਹਮਣੇ ਖਲੋ ਕੇ ਕਹਿ ਦਿੰਦੇ ਨੇ ਬਾਬਰ ਤੂੰ ਬੜਾ ਵੱਡਾ ਜ਼ਬਰ ਹੈ ਹਜ਼ਾਰਾਂ ਲੋਕ ਨੇ ਕਹਿਣ ਵਾਲੇ ਕਿ ਬਾਬਰ ਤੂੰ ਮਾਈ ਬਾਪੇ ਰਿਜ਼ਕ ਦਾਤਾ ਹੈ ਜਾਂ ਪਣਾਏ ਪਰ ਇਕੱਲਾ ਹੀ ਮਰਦ ਸੀ ਜਿਨੇ ਖਲੋ ਕੇ ਗੁਰੂ ਨਾਨਕ ਸਾਹਿਬ ਦੇ ਰੂਪ ਚ ਕਹਿ ਦਿੱਤਾ ਤੂੰ ਜ਼ਬਰ ਹੈ ਖੈਰ ਤੋ ਜ਼ੁਬਾਨ ਜੋ ਬੋਲੇ ਯਤਨ ਕਰੋ ਸੋਚ ਕੇ ਬੋਲੋ ਵਜਨਦਾਰ ਬੋਲੋ ਥੋੜਾ ਬੋਲੋ ਕੀਮਤੀ ਬੋਲੋ ਮੁਸ਼ਕਪੂਰ ਵਰਗਾ ਬੋਲੋ ਚੰਗਾ ਬੋਲੋ ਸ਼ੁੱਧ ਬੋਲੋ ਦੁਖਾਵਾ ਨਾ ਬੋਲੋ ਪਰ ਜੋ ਬੋਲੋ ਉਹਦੇ ਤੇ ਖਰੇ ਉਤਰਨ ਦਾ ਯਤਨ ਵੀ ਕਰੋ ਨਾਲ-ਨਾਲ ਸਾਰਾ ਸਾਰਾ ਦਿਨ ਜ਼ੁਬਾਨ ਚੱਲਦੀ ਰਹਿੰਦੀ ਹੈ ਜ਼ੁਬਾਨ ਚੱਲਦੀ ਰਹਿੰਦੀ ਹੈ ਪਰ ਆਪਾਂ ਜ਼ੁਬਾਨ ਦੇ ਬੋਲੇ ਹੋਏ ਬੋਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜ਼ੁਬਾਨ ਕਹਿ ਕੀ ਗਈ ਤੇ ਅਸੀਂ ਕੀ ਕਰ ਰਹੇ ਹਾਂ ਜੁਬਾਨ ਤੇ ਕਰਮ ਜੁਬਾਨ ਤੇ ਸੋਚ ਇਹਨਾਂ ਦਾ ਤਾਲਮੇਲ ਬਿਠਾਉਂਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ